ਲਗਭਗ 20 ਦਿਨਾਂ ਤੋਂ ਕੋਰੋਨਾ ਵਾਇਰਸ ਕਰਕੇ ਕਰਫਿਊ ਲੱਗਿਆ ਹੋਇਆ ਹੈ, ਜਿਸ ਦੀ ਬੁਨਿਆਦ ਹੁਣ 20 ਦਿਨ ਹੋਰ ਵਧਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵਪਾਰੀ ਵਰਗ ਅਤੇ ਰੋਜ਼ ਕਮਾ ਕੇ ਖਾਣ ਵਾਲਿਆਂ ਦੀ ਪਰੇਸ਼ਾਨੀ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਲੋਕਾਂ ਕੋਲ ਘਰਾਂ ਵਿੱਚ ਪਿਆ ਜਮ੍ਹਾਂ ਰਾਸ਼ਨ ਅਤੇ ਪੈਸਾ ਹੁਣ ਮੁੱਕਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਰੌਣਕ ਬਾਜ਼ਾਰ ਦੀ ਇੱਕ ਤੰਗ ਗਲੀ ਵਿੱਚ ਰਿਕਸ਼ਾ ਚਲਾ ਕੇ ਆਪਣਾ ਪੇਟ ਪਾਲਣ ਵਾਲੇ, ਆਪਣੇ ਪਰਿਵਾਰ ਦਾ ਪੋਸ਼ਣ ਕਰਨ ਵਾਲੇ ਸੁਖਦੇਵ ਕੁਮਾਰ ਦੇ ਵੀ ਮੱਥੇ ਉੱਤੇ ਹੁਣ ਲਕੀਰਾਂ ਵੱਧ ਗਈਆਂ ਨੇ। ਉਹਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਘਰ ਦਾ ਗੁਜ਼ਾਰਾ ਕਿੱਦਾਂ ਹੋਵੇਗਾ। ਬੇਸ਼ੱਕ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ, ਪਰ ਬਹੁਤ ਸਾਰੇ ਪਰਿਵਾਰ ਅਜਿਹੇ ਨੇ ਜੋ ਇਸ ਕਰਫਿਊ ਦੇ ਚੱਲਦਿਆਂ ਭੁੱਖ ਨਾਲ ਟੱਕਰਾਂ ਮਾਰ ਰਹੇ ਨੇ, ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਵੀ ਢਿੱਡ ਭਰ ਕੇ ਨਸੀਬ ਨਹੀਂ ਹੋ ਰਿਹਾ। ਉਹਨਾਂ ਨੇ ਥੋੜ੍ਹਾ ਬਹੁਤਾ ਕਮਾਇਆ, ਘਰ ਦਾ ਗੁਜ਼ਾਰਾ ਕੀਤਾ, ਥੋੜ੍ਹਾ ਜਿਹੜਾ ਆਪਣੇ ਕੋਲ ਪਿਆ ਸੀ ਉਹ ਵੀ ਸਾਰਾ ਨਿਕਲ ਗਿਆ। ਹੁਣ ਬਹੁਤ ਪਰੇਸ਼ਾਨੀ ਹੋ ਰਹੀ ਹੈ, ਸਰਕਾਰ ਨੂੰ ਚਾਹੀਦਾ ਕਿ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ। ਮੇਰਾ ਸੁਖਦੇਵ ਨਾਮ ਹੈ ਜੀ ਭਾਜੀ। ਕੀ ਕੰਮ ਕਰਦੇ ਜੀ? ਮੈਂ ਰਿਕਸ਼ਾ ਚਲਾਉਂਦਾ ਜੀ। ਕਿੰਨੇ ਬੱਚੇ ਤੁਹਾਡੇ? ਮੇਰੇ 3 ਬੱਚੇ ਆ ਜੀ। ਤੇ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਪਿਆ, ਕਿਉਂਕਿ ਲੋਕਡਾਊਨ ਤੇ ਬਾਹਰ ਤਾਂ ਨਿਕਲ ਨਹੀਂ ਸਕਦੇ? ਹਾਂਜੀ, ਦੇਖੋ ਜੀ, ਘਰ ਦਾ ਗੁਜ਼ਾਰਾ ਇੱਦਾਂ ਕਿ ਦੋ ਆਪਣੇ ਆਪਣੇ ਗੱਡੀਆਂ ਸੀ ਬਾਹਰ ਸਰਕਾਰੀ, ਉਹਨਾਂ ਨੇ ਥੋੜ੍ਹਾ ਬਹੁਤਾ ਕਮਾਇਆ, ਘਰ ਦਾ ਗੁਜ਼ਾਰਾ ਕੀਤਾ, ਥੋੜ੍ਹਾ ਜਿਹੜਾ ਆਪਣੇ ਕੋਲ ਪਿਆ ਸੀ ਉਹ ਵੀ ਸਾਰਾ ਨਿਕਲ ਗਿਆ। ਆਪਣੀ ਸ਼ੇਰ ਦੀ ਭਾਜੀ ਨੇ ਬਹੁਤ ਮਦਦ ਕੀਤੀ ਹੈ, ਹਰ ਟਾਈਮ ਸਾਡੇ ਨਾਲ ਖੜ੍ਹੇ ਆ ਜੀ। ਜੇ ਹੋਰ ਸਮਾਂ ਵੱਧਦਾ ਤਾਂ ਫਿਰ ਕਿਸ ਤਰ੍ਹਾਂ ਚੱਲੇਗਾ? ਫਿਰ ਵੀ ਆਪਣੇ ਕੌਂਸਲ ਸਾਹਿਬ ਬੈਠੇ ਆ ਜੀ ਸ਼ੇਰ ਚੱਡਾ ਜੀ, ਉਹ ਹਰ ਟਾਈਮ ਸਾਡੇ ਨਾਲ ਖੜ੍ਹੇ ਆ ਜੀ, ਕਦੀ ਦਿੱਕਤ ਨਹੀਂ ਆਈ। ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ? ਦੇਖੋ, ਸਰਕਾਰ ਨੂੰ ਤਾਂ ਅਸੀਂ ਨਹੀਂ ਜਾਣਦੇ, ਆਪਣੇ ਹੈਗੇ ਸ਼ੇਰੀ ਭਾਜੀ ਸ਼ੇਰ ਚੱਡਾ ਜੀ, ਪਹਿਲੇ ਉਹ ਮਾਲਕ ਹੈ, ਉਸ ਤੋਂ ਬਾਅਦ ਸ਼ੇਰੀ ਭਾਜੀ ਆਪਣੇ, ਮੈਂ ਉਹਨਾਂ ਨੇ ਕਰਨਾ ਜੋ ਕਰਨਾ। ਫਿਰ ਵੀ ਕੀ ਕਹਿਣਾ ਚਾਹੁੰਦੇ? ਕਹਿਣਾ ਇਹ ਚਾਹੁੰਦੇ ਹਾਂ ਕਿ ਬਸ ਜਿਹੜੇ ਆਪਣੇ ਏਰੀਆ ਦੇ ਹੈਗੇ ਆ, ਬਸ ਉਹਨਾਂ ਤਿਆਰ ਕਰਕੇ ਆਪਣੇ ਸ਼ੇਰੀ ਭਾਜੀ, ਕਿਉਂਕਿ ਸਰਕਾਰ ਨੂੰ ਆਪਾਂ ਨਹੀਂ ਜਾਣਦੇ, ਅਸੀਂ ਆਪਣੇ ਸ਼ੇਰੀ ਭਾਜੀ ਆਪਣੇ ਹੈਗੇ ਬਸ। ਕਿਆ ਨਾਮ ਹੈ ਜੀ? ਸੀਮਾ। ਕੈਸੇ ਚੱਲ ਰਿਹਾ ਹੈ ਗੁਜ਼ਾਰਾ? ਲੋਕਡਾਊਨ ਕਾ ਸਮੇਂ ਬੜ ਗਿਆ ਹੈ। ਦੇਖੋ, ਜੋ ਵੀ ਹੈ, ਸਰਕਾਰ ਨੂੰ ਚਾਹੀਦਾ ਕਿ ਅਸੀਂ ਕਿੱਦਾਂ ਗੁਜ਼ਾਰਾ ਕਰਾਂਗੇ। ਕਿਸ ਤਰ੍ਹਾਂ ਦਾ ਸਮੇਂ ਲੱਗਿਆ, ਕਿਉਂਕਿ ਪਿਛਲਾ ਸਮੇਂ ਪਹਿਲੇ ਸਾਡਾ ਸਮੇਂ ਸੀ, ਚਲੋ ਵਧੀਆ ਸੀ, ਮੈਂ ਵੀ ਕਰ ਰਹੀ ਸੀ ਅਤੇ ਇਹ ਵੀ ਕਰਦੇ ਸੀ ਅਤੇ ਬਹੁਤ ਸੋਹਣਾ ਗੁਜ਼ਾਰਾ ਚੱਲਦਾ ਸੀ ਸਾਡਾ, ਅਤੇ ਹੁਣ ਬਹੁਤ ਪਰੇਸ਼ਾਨੀ ਹੋ ਰਹੀ ਹੈ। ਜੇ ਸਰਕਾਰ ਨੇ ਹੋਰ ਟਾਈਮ ਵਧਾ ਦਿੱਤਾ ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲੇਗਾ? ਉਹ ਤਾਂ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਸਾਡੇ ਬਾਰੇ। ਸੀਮਾ ਜੀ, ਜੇ ਗੱਲ ਕਰੀਏ, ਕੀ ਕੰਮ ਕਰਦੇ ਸੀ ਤੁਸੀਂ? ਆਪਣੇ ਤੁਹਾਡੇ ਹਸਬੈਂਡ ਨੇ ਵੀ ਦੱਸਿਆ ਵੀ ਉਹ ਕੰਮ ਕਰਦੇ ਸੀ। ਹਾਂਜੀ, ਤੁਹਾਡੇ ਹਸਬੈਂਡ ਨੇ ਦੱਸਿਆ ਕੰਮ ਕਰਦੇ ਸੀ, ਕੀ ਕੰਮ ਕਰਦੇ ਸੀ ਤੁਸੀਂ? ਕੰਮ ਤੁਸੀਂ ਕੀ ਕੰਮ ਕਰਦੇ ਸੀ? ਮੈਂ ਘਰਾਂ 'ਚ ਕੰਮ ਕਰਦੀ ਹਾਂ। ਅਤੇ ਕੀ ਹੁਣ ਵੀ ਜਾਂਦੇ ਹੋ ਤੁਸੀਂ ਕੰਮ ਕਰ? ਹੁਣ ਵੀ ਉਦਾਂ ਦੱਸੋ, ਜਾਂਦੇ ਸੀ? ਕਰਦੇ ਸੀ ਨਾ, ਹੁਣ ਉਹਨਾਂ ਨੇ ਮਨਾ ਕਰ ਦਿੱਤਾ। ਜੇ ਹੋਰ ਜ਼ਿਆਦਾ ਟਾਈਮ ਵਧਾ ਦਿੰਦੇ ਕਿਸ ਤਰ੍ਹਾਂ ਗੁਜ਼ਾਰਾ ਕਰੋਗੇ? ਉਹੀ ਤਾਂ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਕਿ ਹੁਣ ਕੀ ਕਰਾਂਗੇ ਗਾ। ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਸਾਡੇ ਬਾਰੇ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਮੰਗ ਤਾਂ ਨਹੀਂ ਕਰ ਸਕਦੇ, ਸਾਡੀ ਜੋ ਮਦਦ ਕਰ ਸਕਦੇ ਕਰਨਗੇ ਹੀ। ਉਹਦਾ ਸਾਡੇ ਵੱਲੋਂ ਸ਼ਹਿਰੀ ਭਾਜੀ ਤਾਂ ਬਹੁਤ ਕਰ ਰਹੇ ਆ ਸਾਡਾ।
ਘਰ ਵਿੱਚ ਤੁਸੀਂ ਇਕੱਲੇ ਹੀ ਹੋ? ਨਹੀਂ ਨਹੀਂ, ਘਰ ਦੇ ਤਿੰਨ ਨਿਆਣੇ ਵੀ ਹੈਗੇ। ਅੱਛਾ, ਚਲੋ ਚਲ ਜਾ ਚਲ ਜਾ। ਥੋੜ੍ਹਾ ਜਿਹਾ ਨਾ ਤੁਸੀਂ ਗੱਲ ਕਰੋ ਨਾ, ਹੁਣ ਫਿਰ ਜਿੱਦਾਂ ਬੋਤਲਾਂ ਚੈੱਕ ਜਿੱਦਾਂ ਕੁਛ ਕਰੀ ਕਰੋ ਕਰੋ ਨੀ ਗੁਰਬਾਣੀ ਖਾਨਬਾਣੀ ਵਾਸਤੇ ਜਲੰਧਰ ਤੋਂ ਨਰਿੰਦਰ ਗੁਪਤਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।